ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਤੁਹਾਡੇ ਦਵਾਰ ਰਾਹੀਂ ਲੋਕਾਂ ਨੂੰ ਤਰਤਾੜੀ ਨਾਗਰਿਕ ਕੇਂਦਰਿਤ ਸਵਾਵਾ ਉਹਨਾਂ ਦੀਆਂ ਵਰੂਹਾਂ ਤੇ ਦੇਣ ਆ ਰਹੀ ਹੈ ਜੀ ਹਾਂ ਸੀਐਮ ਭਗਵੰਤ ਮਾਨ ਨੇ ਜਿੱਥੇ ਆਪਣੇ ਖਿਲਾਫ ਮਾੜਾ ਬੋਲਣ ਵਾਲਿਆਂ ਨੂੰ ਵੀ ਠੋਕ ਕੇ ਜਵਾਬ ਦਿੱਤਾ ਤੇ ਵਿਰੋਧੀ ਧਿਰ ਨੂੰ ਵੀ ਚੰਗਾ ਕੰਮ ਕਰਨ ਦੀ ਨਸੀਹਤ ਦਿੱਤੀ ਤੇ ਲੋਕਾਂ ਨੂੰ ਖੋਸ਼ ਖ਼ਬਰੀ ਦਿੱਤੀ ਕਿ ਹੁਣ 43 ਸਵਾਮਾ ਤੁਹਾਡੇ ਬੂਹੇ ਤੇ ਤੁਹਾਨੂੰ ਖੁਦ ਮਿਲਣਗੀਆਂ ਤੁਹਾਨੂੰ ਖੱਜਲ ਖੁਆਰੀ ਦਫ਼ਤਰਾਂ ਦੀ ਨਹੀਂ ਕਰਨੀ ਪਵੇਗੀ ਢੇੜੇ ਮਾਰਨੇ ਕਤਾਰਾਂ ਦੇ ਵਿੱਚ ਸਮਾਂ ਖਰਾਬ ਕਰਨ ਦੀ ਹੁਣ ਲੋੜ ਨਹੀਂ ਹੈ ਕਿਉਂਕਿ ਸਰਕਾਰ ਤੁਹਾਡੇ ਦਰ ਆ ਕੇ ਤੁਹਾਡੇ ਕੰਮ ਕਰਨ ਦੀ ਸ਼ਮਤਾ ਰੱਖਦੀ ਹੈ ਜੀ ਹਾਂ ਕਿਹੜੇ ਕਿਹੜੇ ਕੰਮ ਹੋਣਗੇ ਉਸ ਦੇ ਬਾਰੇ ਤੁਹਾਨੂੰ ਜਾਣੂ ਕਰਵਾ ਦਿੰਨੇ ਆ ਸੋ ਗੱਲ ਕਰਦੇ ਆ ਜਿੱਥੇ ਪੰਜਾਬ ਵਾਸੀਆਂ ਨੂੰ ਪ੍ਰਭਾਵਸ਼ਾਲੀ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਲੋਕਾਂ ਨੂੰ ਉਹਨਾਂ ਦੀਆਂ ਵਰੂਹਾਂ ਤੇ 43 ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਨਾ ਸੇਵਾਵਾਂ ਦੇ ਵਿੱਚ ਜਨਮ ਏ ਐਨ ਏ ਸੀ ਸਰਟੀਫਿਕੇਟ ਜਨਮ ਸਰਟੀਫਿਕੇਟ ਵਿੱਚ ਨਾਮ ਜੋੜਨਾ ਅਤੇ ਮੌਤ ਸਰਟੀਫਿਕੇਟ ਦੀਆਂ ਕਾਪੀਆਂ ਜਨਮ ਸਰਟੀਫਿਕੇਟ ਵਿੱਚ ਐਂਟਰੀ ਵਿੱਚ ਸੋਧ ਮੌਤ ਏ ਐਨ ਏ ਸੀ ਸਰਟੀਫਿਕੇਟ ਜਾਰੀ ਕਰਨਾ ਜਨਮ ਸਰਟੀਫਿਕੇਟ ਦੀਆਂ ਕਈ ਕਾਪੀਆਂ ਜਨਮ ਸਰਟੀਫਿਕੇਟ ਦੀ ਦੇਰੀ ਨਾਲ ਰਜਿਸਟ੍ਰੇਸ਼ਨ ਮੌਤ ਸਰਟੀਫਿਕੇਟ ਦੀ ਦੇਰੀ ਨਾਲ ਰਜਿਸਟ੍ਰੇਸ਼ਨ ਮੌਤ ਦੇ ਸਰਟੀਫਿਕੇਟ ਸਿਹਤ ਵਿੱਚ ਸੋਧ ਆਮਦਨ ਦਾ ਸਰਟੀਫਿਕੇਟ ਹਲਫੀਆ ਬਿਆਨ ਤਸਦੀਕ ਕਰਨਾ ਮਾਲ ਰਿਕਾਰਡ ਦੀ ਜਾਂਚ ਰਜਿਸਟਰਡ ਅਤੇ ਗੈਰ ਰਜਿਸਟਰਡ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ ਨਕਲ ਪ੍ਰਦਾਨ ਕਰਨਾ ਭਾਰ ਮੁਕਤ ਸਰਟੀਫਿਕੇਟ गिरवी ਨਾਮੇ ਦੀ ਇਕੁਇਟੀ ਐਂਟਰੀ ਫਰਦ ਤਿਆਰ ਕਰਨਾ ਦਸਤਾਵੇਜ਼ਾਂ ਦੇ ਕਾਊਂਟਰ ਸਾਈਨ ਮੁਆਵਜ਼ੇ ਸੰਬੰਧੀ ਬੌਂਡ ਬਾਰਡਰ ਏਰੀਆ ਸੰਬੰਧੀ ਸਰਟੀਫਿਕੇਟ ਬੈਕਵਰਡ ਏਰੀਆ ਸਰਟੀਫਿਕੇਟ ਜ਼ਮੀਨ ਦੀ ਹੱਦਬੰਦੀ ਐਨ ਆਰ ਆਈ ਤੇ ਦਸਤਾਵੇਜ਼ਾਂ ਦੇ ਕਾਊਂਟਰ ਸਾਈਨ ਪੁਲਿਸ ਕਲੀਅਰੈਂਸ ਸਰਟੀਫਿਕੇਟ ਅਤੇ ਕੰਡੀ ਖੇਤਰ ਸਰਟੀਫਿਕੇਟ ਮਾਲ ਦੇ ਕਾਊਂਟਰ ਸਾਈਨ ਲਾਹ ਪਤਨੀਆਂ ਦੇ ਬੱਚਿਆਂ ਨੂੰ ਵਜ਼ੀਫਾ ਉਸਾਰੀ ਕਾਮੇ ਦੀ ਰਜਿਸਟ੍ਰੇਸ਼ਨ ਅਤੇ ਉਹ ਸਾਰੀ ਮਜ਼ਦੂਰ ਲੇਬਰ ਦੀ ਰਜਿਸਟ੍ਰੇਸ਼ਨ ਦਾ ਨਵਿਨੀਕਰਨ ਰਹਾਇਸ਼ੀ ਸਰਟੀਫਿਕੇਟ ਪ੍ਰਮੋਸ਼ਨਲ ਅਨੁਸੂਚਿਤ ਜਾਤੀ ਸਰਟੀਫਿਕੇਟ ਅਤੇ ਬੀਸੀ ਸਰਟੀਫਿਕੇਟ ਜਨਰਲ ਜਾਤੀ ਸਰਫੀਟ ਹੋਰ ਪਛੜੀਆਂ ਸ਼੍ਰੇਣੀਆਂ ਸੰਬੰਧੀ ਸਰਟੀਫਿਕੇਟ OBC ਆਮਦਨ ਅਤੇ ਸੰਪਤੀ ਦਾ ਸਰਟੀਫਿਕੇਟ EWS ਅਤੇ ਸ਼ਗਨ ਸਕੀਮ ਕੇਸ ਨੂੰ ਮਨਜ਼ੂਰੀ ਲਈ ਸਮਾਜਿਕ ਨਿਆਹ ਬਜ਼ੁਰਗਾਂ ਨੂੰ ਪੈਨਸ਼ਨ ਵਿਧਵਾ ਬੇਸਹਾਰਾ ਨਾਗਰਿਕਾਂ ਨੂੰ ਪੈਨਸ਼ਨ ਅਪਾਹਜ ਨਾਗਰਿਕਾਂ ਨੂੰ ਪੈਨਸ਼ਨ ਅਪੰਗਤਾ ਸਰਟੀਫਿਕੇਟ ਯੂਡੀਆਈਡ ਕਾਰਡ ਲਈ ਅਰਜੀ ਦੇ ਨਿਰਭਰ ਬੱਚਿਆਂ ਲਈ ਪੈਨਸ਼ਨ ਸਮਾਜਿਕ ਸੁਰੱਖਿਆ ਬਿਜਲੀ ਦੇ ਬਿੱਲ ਦਾ ਭੁਗਤਾਨ ਪਾਵਰ ਵਿਆਹ ਦੀ ਰਜਿਸਟ੍ਰੇਸ਼ਨ ਲਾਜ਼ਮੀ ਵਿਆਹ ਆਨੰਦ ਘਰ ਦੀ ਰਜਿਸਟ੍ਰੇਸ਼ਨ ਅਤੇ ਪਿੰਡੂ ਖੇਤਰ ਦਾ ਸਰਟੀਫਿਕੇਟ ਪਿੰਡੂ ਆਦ ਸ਼ਾਮਲ ਹੋਣ ਗਿਆਂ ਭਗਵਾਨ ਸਿੰਘ ਮਾਨ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਲੋਕ ਸਾਡੇ ਤੇ ਹੱਸ ਰਹੇ ਨੇ ਆਖਰ ਉਹਨਾਂ ਲੋਕਾਂ ਕੋਲ ਤਾਂ ਕੋਈ ਅਹੁਦਾ ਹੀ ਨਹੀਂ ਹੈ ਜਿਹੜੇ ਲੋਕਾਂ ਨੇ ਪੰਜਾਬ ਦੇ ਵਿੱਚ ਕੁਝ ਕਰਕੇ ਵਿਖਾਉਣਾ ਸੀ ਉਹਨਾਂ ਲੋਕਾਂ ਨੇ ਕੁਝ ਨਹੀਂ ਕੀਤਾ ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਸੱਤਾ ਚੋਂ ਬਾਹਰ ਕਰ ਦਿੱਤਾ ਜੇ ਪੰਜਾਬ ਦੇ ਲੋਕਾਂ ਨੇ ਸਾਡੇ ਤੇ ਭਰੋਸਾ ਕੀਤਾ ਏ ਤੇ ਸਾਡਾ ਫਰਜ਼ ਬਣਦਾ ਏ ਅਸੀਂ ਕੰਮ ਕਰਕੇ ਵਿਖਾਈਏ ਜਿਹੜੇ ਲੋਕ ਕੰਮਾਂ ਦੇ ਵਿੱਚ ਲੋਕਾਂ ਦੀ ਖੱਜਲ-ਖਵਾਰੀ ਹੁੰਦੀ ਹੈ ਉਹ ਕੰਮ ਬੰਦ ਕਰ ਦਈਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਕਿ ਚੁਟਕਲੇ ਰਾਹੀਂ ਪਿਛਲੀਆਂ ਸਰਕਾਰਾਂ ਨੂੰ ਸਵਾਲ ਕੀਤਾ ਤੇ ਕਿਹਾ ਏ ਕਿ ਇੱਕ ਪਿੰਡ ਦੇ ਵਿੱਚ ਮੱਝਾਂ ਚੋਰੀ ਹੋ ਜਾਂਦੀਆਂ ਸੀ ਤੇ ਪਿੰਡ ਦੇ ਇੱਕ ਸਾਧੂ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਇੱਕ ਸਕੀਮ ਕੱਢੀ ਕਿ ਚਾਦਰ ਥੱਲੋਂ ਦੀ ਸਾਰਾ ਪਿੰਡ ਨੰਗਾ ਦੇਓ ਜਿਹੜਾ ਚਾਦਰ ਥੱਲੋਂ ਦੀ ਨੰਗੇਗਾ ਜੋ ਚੋਰ ਹੋਏਗਾ ਉਸ ਦੀ ਮੌਤ ਹੋ ਜਾਏਗੀ ਸਾਰਾ ਪਿੰਡ ਚਾਦਰ ਥੱਲੋਂ ਦੀ ਨੰਗੇਆ ਪਰ ਕਿਸੇ ਦੀ ਮੌਤ ਨਾ ਹੋਈ ਕਾਰਨ ਕੀ ਰਿਹਾ ਕਿ ਜਿਹੜੇ ਚਾਦਰ ਫੜੀ ਖੜੇ ਸੀ ਉਹੀ ਚੋਰ ਸੀ ਉਹ ਤੇ ਚਾਦਰ ਥੱਲੋਂ ਨਿਕਲੇ ਹੀ ਨਹੀਂ ਸੀ ਆਖਰਕਾਰ ਅਸੀਂ ਪਹਿਲਾਂ ਇਹੋ ਹੀ ਗਲਤੀਆਂ ਕੀਤੀਆਂ ਨੇ ਚਾਦਰ ਜਿਹੜੀ ਸੀ ਚੋਰਾ ਨੂੰ ਫੜਾ ਕੇ ਰੱਖੀ ਪੰਜਾਬ ਦੀ ਪਰ ਹੁਣ ਇਹ ਚਾਦਰ ਸਹੀ ਹੱਥਾਂ ਦੇ ਵਿੱਚ ਆਈ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਦੀ ਖੱਜਲ ਖਵਾਰੀ ਬੰਦ ਕਰ ਦਿੱਤੀ ਜਾਵੇਗੀ ਭਗਵਾਨ ਸਿੰਘ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦਰ ਆ ਕੇ ਸੇਵਾਵਾਂ ਪ੍ਰਦਾਨ ਕਰੇਗੀ ਡੋਰ ਸਟੈਪ ਡਿਲੀਵਰੀ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਸਰਕਾਰ ਤੋਂ ਨਾਗਰਿਕ ਤਾਕਤ ਸੇਵਾਵਾਂ ਗਵਰਨਮੈਂਟ ਟੂ ਸਿਟੀਜ਼ਨ ਨਿਰਵਿਘਨ ਮੁਹੱਈਆ ਹੋਣਗੀਆਂ ਇਹ ਪਹਿਲ ਕਦਮੀ ਸੂਬੇ ਦੇ ਨਾਗਰਿਕਾਂ ਨੂੰ ਉਹਨਾਂ ਦੀਆਂ ਵਰੂਹਾਂ ਤੇ ਸਾਰੀਆਂ 43 ਮਹੱਤਮ ਪੂਰਨ ਜੀ ਟੂ ਸੇਵਾਵਾਂ ਜਿਵੇਂ ਜਨਮ ਅਤੇ ਮੌਤ ਦੇ ਸਰਟੀਫਿਕੇਟ ਆਮਦਨ ਰਹਾਇਸ਼ ਜਾਤੀ ਪੈਨਸ਼ਨ ਬਿਜਲੀ ਬਿੱਲ ਭੁਗਤਾਨ ਅਤੇ ਹੋਰ ਸੇਵਾਵਾਂ ਪ੍ਰਦਾਨ ਕਰੇਗੀ ਸੂਬੇ ਦੇ ਨਾਗਰਿਕ ਇੱਕ ਸਮਰਪਿਤ ਹੈਲਪਲਾਈਨ ਨੰਬਰ 1076 ਤੇ ਕਾਲ ਕਰਕੇ ਆਪਣੀ ਸਹੂਲਤ ਅਨਸਾਰ ਪੂਰਵ ਮੁਲਾਕਾਤ ਦਾ ਸਮਾਂ ਤੈਅ ਕਰਕੇ ਇਹਨਾਂ ਸੇਵਾਵਾਂ ਦਾ ਲਾਭ ਲੈ ਸਕਣਗੇ ਨਾਗਰਿਕਾਂ ਨੂੰ ਸੇਵਾ ਪ੍ਰਾਪਤ ਕਰਨ ਲਈ ਲੋੜੀਂਦੇ ਦਸਤਾਵੇਜ਼ਾਂ ਤੈਅ ਫੀਸਾਂ ਅਤੇ ਹੋਰਨਾਂ ਜ਼ਰੂਰਤ ਬਾਰੇ ਸੂਚਿਤ ਕੀਤਾ ਜਾਵੇਗਾ ਜਿਸ ਦੇ ਨਾਲ ਹੀ ਨਾਗਰਿਕਾਂ ਨੂੰ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਅਤੇ ਮੁਲਾਕਾਤ ਦੀ ਮਿਤੀ ਸਮੇਂ ਬਾਰੇ ਐਸਐਮਐਸ ਮੋਬਾਈਲ ਸੰਦੇਸ਼ ਪ੍ਰਾਪਤ ਹੋਵੇਗਾ ਇਸ ਤੋਂ ਬਾਅਦ ਵਿਸ਼ੇਸ਼ ਤੌਰ ਤੇ ਸਿਖਲਾਈ ਪ੍ਰਾਪਤ ਕਰਮਚਾਰੀ ਟੈਬਲੇਟ ਦੇ ਨਾਲ ਨਿਰਧਾਰਿਤ ਸਮੇਂ ਤੇ ਉਹਨਾਂ ਦੇ ਘਰ ਦਫ਼ਤਰ ਆਉਣਗੇ ਅਤੇ ਜ਼ਰੂਰੀ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਨਗੇ ਅਤੇ ਫੀਸ ਲੈ ਕੇ ਰਸੀਦ ਦੇਣਗੇ ਇਸ ਰਸੀਦ ਨਾਲ ਨਾਗਰਿਕ ਆਪਣੀ ਅਰਜ਼ੀ ਨੂੰ ਟਰੈਕ ਕਰ ਸਕਦੇ ਨੇ ਇਸ ਸਕੀਮ ਨਾਲ ਨਾ ਸਿਰਫ ਲੋਕਾਂ ਦੀ ਸਹੂਲਤ ਦੇ ਵਿੱਚ ਵਾਦਾ ਹੋਵੇਗਾ ਸਗੋਂ ਵਿਚੋਲਿਆਂ ਦੀ ਭੂਮਿਕਾ ਵੀ ਖਤਮ ਹੋਵੇਗੀ ਜਿਸ ਨਾਲ ਪਾਰਦਰਸ਼ਤਾ ਕੁਸ਼ਲਤਾ ਤੇ ਨਾਗਰਿਕ ਕੇਂਦਰਿਤ ਸ਼ਾਸਨ ਯਕੀਨੀ ਬਣਾਇਆ ਜਾਵੇਗਾ ਨਾਗਰਿਕ ਜਿਥੇ ਕਿ 10 ਦਸੰਬਰ ਤੋਂ ਸੇਵਾ ਕੇਂਦਰਾਂ ਅਤੇ ਸਮਰਪਿਤ ਹੈਲਪਲਾਈਨ ਨੰਬਰ 1076 ਦੋਵਾਂ ਰਾਹੀਂ ਜਿਥੇ ਕਿ ਡੀਐਸਡੀ ਸੇਵਾਵਾਂ ਦਾ ਲਾਭ ਲੈ ਸਕਦੇ ਨੇ ਇਸ ਸਕੀਮ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਸੰਬੰਧੀ ਸੂਬਾ ਸਰਕਾਰ ਦੇ ਉਪਰਾਲਿਆਂ ਦੇ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਹੈ ਤਾਂ ਜੋ ਨਾਗਰਿਕ ਆਪਣੇ ਰੋਜ਼ਾਨਾ ਦੇ ਪ੍ਰਸ਼ਾਸਕੀ ਕੰਮ ਆਸਾਨੀ ਨਾਲ ਅਤੇ ਨਿਰਵਿਗਨ ਢੰਗ ਨਾਲ ਕਰਵਾ ਸਕਣ ਇਸ ਦੌਰਾਨ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਇਸ ਸਕੀਮ ਦਾ ਲਾਭ ਲੈਣ ਵਾਲੇ ਲੋਕਾਂ ਦੀ ਸਹੂਲਤ ਲਈ ਮੋਬਾਈਲ ਸਹਾਇਕਾਂ ਨੂੰ ਹਰੀ ਝੰਡੀ ਵੀ ਦੇ ਦਿੱਤੀ ਹੈ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਪੰਜਾਬ ਦੇ ਲੋਕਾਂ ਨੂੰ ਹਰ ਸਹੂਲਤ ਦੇਣ ਲਈ ਬਚਨਬੱਧ ਨੇ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਬਿਲਕੁਲ ਜੋ ਪੰਜਾਬ ਦੇ ਲੋਕਾਂ ਦੀ ਸਹਾਇਤਾ ਜਿਹੜੀ ਹੈ ਕੀਤੀ ਜਾਵੇਗੀ ਪੰਜਾਬ ਦੇ ਲੋਕਾਂ ਨੂੰ ਹਰ ਸਹਾਇਤਾ ਜਿਹੜੀ ਹੈ ਦਿੱਤੀ ਜਾਵੇਗੀ ਪੰਜਾਬ ਦੇ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਹੈ ਬੰਦ ਕਰ ਦਿੱਤੀ ਜਾਵੇਗੀ ਹਾਲਾਂਕਿ ਪਹਿਲਾਂ ਲੋਕਾਂ ਨੂੰ ਏ ਗੇੜੇ ਕਢਵਾਏ ਜਾਂਦੇ ਸੀ ਦਫ਼ਤਰਾਂ ਦੇ ਕਿਹਾ ਜਾਂਦਾ ਸੀ ਕਿ ਕੱਲ ਨੂੰ ਆਜਿਓ ਪਰਸੋਂ ਆਜਿਓ ਕੰਮਾਂ ਦੇ ਵਿੱਚ ਦੇਰੀ ਹੁੰਦੀ ਸੀ ਇਸ ਦੇ ਨਾਲ ਸਮਾਂ ਵੀ ਬਚੇਗਾ ਤੇ ਲੋਕਾਂ ਦੀ ਖੱਜਲ ਖੁਆਰੀ ਵੀ ਬਚੇਗੀ ਔਰ ਨਾਲ ਜੇ ਗੱਲ ਕਰੀਏ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਔਰ ਅਧਿਕਾਰੀਆਂ ਦੇ ਪ੍ਰਤੀ ਨਰਮੀ ਵੀ ਵਧੇਗੀ ਔਰ ਨਾਲ ਹੀ ਜੇ ਗੱਲ ਕਰੀਏ ਹਰ ਇੱਕ ਸੇਵਾ ਦਰਵਾਜੇ ਤੇ ਮਿਲੇਗੀ ਜਿਸ ਕਾਰਨ ਲੋਕ ਕਾਫੀ ਖੁਸ਼ ਵੀ ਹੋਣਗੇ ਜਦੋਂ ਵੋਟਾਂ ਮੰਗਣ ਲਈ ਜਾ ਸਕਦੇ ਆ ਤੇ ਲੋਕਾਂ ਦੇ ਕੰਮ ਕਰਨ ਵੀ ਦਰਵਾਜੇ ਤੱਕ ਜਾਣਾ ਚਾਹੀਦਾ ਇਹ ਮੁੱਖ ਮੰਤਰੀ ਨੇ ਕਹਿ ਦਿੱਤਾ ਏ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ